ਤੁਹਾਡੇ ਸਾਹਮਣੇ ਆਸਟ੍ਰੇਲੀਆ ਤੋਂ ਇੱਕ ਬੱਚੀ ਨੂੰ ਮਾਰ ਕੇ ਕੋਈ ਬੰਦਾ ਆਪਣੇ ਆਇਆ ਸੀਗਾ ਪੰਜਾਬ ਦਾ ਰਹਿਣ ਵਾਲਾ ਸੀ ਆਸਟ੍ਰੇਲੀਆ ਗੌਰਮੈਂਟ ਨੇ ਉਹਦਾ $1 million ਇਨਾਮ ਰੱਖਿਆ ਔਰ 6 ਦਿਨਾਂ ਦੇ ਵਿੱਚ ਉਹ ਬੰਦਾ ਫੜਿਆ ਗਿਆ ਮੈਂ ਵੀ ਇਸ ਤਰ੍ਹਾਂ ਹੀ ਚਾਹੁੰਦਾ ਕਿ ਮੇਰੀ ਸਰਕਾਰ ਸੈਂਟਰ ਗੌਰਮੈਂਟ ਖਾਸ ਕਰਕੇ ਉਸ ਤਰ੍ਹਾਂ ਦਾ ਇਨਾਮ ਘੋਸ਼ਿਤ ਕਰੇ ਗੋਲਡੀ ਬਰਾੜ ਦੇ ਉੱਤੇ ਔਰ ਮੈਂ 2 ਕਰੋੜ ਰੁਪਈਆ ਟੈਕਸ ਦਿੰਦਾ ਸਾਲ ਦਾ ਜੇ ਗੌਰਮੈਂਟ ਨੂੰ ਲੱਗਦਾ ਫਿਰ ਵੀ ਸਾਡੇ ਕੋਲ ਤਾਂ ਹੈ ਨਹੀਂ ਹੱਥ ਖੜੇ ਹੈ ਤਾਂ ਮੈਨੂੰ ਦੱਸਣ ਮੈਂ ਪੈਸੇ ਦੇਊਂਗਾ ਪਰ ਮੈਂ ਚਾਹੁੰਦਾ ਵੀ ਗੌਰਮੈਂਟ ਰਿਵਾਰਡ ਹੈ ਜਿਹੜਾ ਅਨਾਊਂਸ ਕਰੇ ਤਾਂ ਜੋ ਅਸਲੀ ਕਾਤਲ ਹੈ ਮੇਰੇ ਪੁੱਤ ਦਾ ਮੇਰਾ ਨਹੀਂ ਬਲਕਿ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਉਹਨੇ ਜਿਹੜੇ ਪੁੱਤ ਮਾਰਤੇ ਤੋਂ ਪਹਿਲਾਂ ਦੇਖੋ ਮੈਂ ਇਹ ਅਪੀਲ ਅੱਜ ਕੀਤੀ ਹੈ ਇਹ ਆਉਣ ਵਾਲੇ ਦਿਨ ਤੁਹਾਨੂੰ ਪਤਾ ਲੱਗੇ ਨਾ 10-15 ਦਿਨ 'ਚ ਵੀ ਸਰਕਾਰ ਸਮਝ ਰਹੀ ਹੈ ਕਿ ਨਹੀਂ ਸਮਝ ਰਹੀ ਹੈ ਮੇਰੀ ਗੱਲ ਕਤਲ ਦਾ ਕਾਰਨ ਕਿਉਂ ਨਹੀਂ ਪੁਲਿਸ ਦੱਸ ਰਹੀ 6 ਮਹੀਨੇ ਹੋ ਗਏ ਨੇ 4 ਮਹੀਨੇ ਲਾਰੈਂਸ ਨੂੰ ਇੱਥੇ ਰੱਖ ਛੱਡਿਆ ਹੈ ਰਿਮਾਂਡ ਲੈ ਛੱਡਿਆ ਹੈ ਕਾਰਨ ਕਿਉਂ ਨਹੀਂ ਦੱਸ ਰਹੇ ਕਿਉਂ ਕੀਤਾ ਹੈ ਕਿਉਂਕਿ ਉਹਨਾਂ ਨੇ ਕੁਝ ਨਾ ਕੁਝ ਕਬੂਲਿਆ ਹੋਏਗਾ ਬੇਟਾ ਜੀ ਮੈਂ ਇਸੇ ਗੱਲ ਤੋਂ ਮੈਂ ਦੁਖੀ ਹਾਂ ਵੀ ਜੋ ਗੈਂਗਸਟਰ ਦੇ ਨਾਲ ਪੁਲਿਸ ਦਾ ਵਰਤਾਵ ਹੈ ਉਹ ਇੱਕ ਮਹਿਮਾਨਾਂ ਵਾਲਾ ਹੈ ਉਹ ਉਹਨਾਂ ਤੋਂ ਲਾਰੈਂਸ ਦਾ ਕਿਉਂ ਨਹੀਂ ਨਾਰਕੋਟਿਕ ਟੈਸਟ ਕੀਤਾ ਜਾਂਦਾ ਸਾਰੇ ਚਿਹਰੇ ਨੰਗੇ ਹੋਣ ਕਿਹੜੇ ਪੋਲੀਟੀਕਲ ਲੀਡਰ ਉਹਨੂੰ ਸਪੋਰਟ ਕਰਦੇ ਹੈ ਕਿਹੜੇ ਸਾਡੇ ਭੱਦਰ ਪੁਰਸ਼ ਜੋ ਸਫੈਦ ਪੋਸ਼ ਹੋਮਲੈਂਡ 'ਚ ਰਹਿੰਦੇ ਨੇ ਜਾਂ ਉਹ ਨੇੜੇ ਤੇੜੇ ਉਹਨਾਂ ਨਾਲ ਦੋਸਤੀਆਂ ਪਾਈਆਂ ਹੋਈਆਂ ਉਹਨਾਂ ਦਾ ਕੀ ਕਾਰੋਬਾਰ ਹੈ ਤੁਸੀਂ ਨਾਰਕੋ ਟੈਸਟ ਕਰੋ ਜੱਗੂ ਦਾ ਕਰੋ ਔਰ ਲਾਰੈਂਸ ਦਾ ਕਰੋ ਬਾਕੀ ਕੇਸਾਂ ਦੇ ਵਿੱਚ ਕੀ ਸੈਂਟਰ ਗੌਰਮੈਂਟ ਦੇ ਨਹੀਂ ਕੀਤੇ ਹੋਣਾ ਚਾਹੀਦਾ ਜੇ ਪਾਰਦਰਸ਼ਤਾ ਦੇ ਨਾਲ ਸਰਕਾਰ ਸਾਰੀ ਗੱਲ ਨੂੰ ਕਲੀਅਰ ਕਰਨਾ ਚਾਹੁੰਦੀ ਹੈ ਸਾਡੇ ਵਰਗੇ ਗਰੀਬਾਂ ਦੇ ਘਰ ਪੱਟਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਸਰਕਾਰ ਕੋਲ ਸਪਸ਼ਟ ਬਹੁਮਤ ਹੈ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਸਰਕਾਰ ਕਿਉਂ ਖੁੱਲ੍ਹ ਕੇ ਸਾਫ਼ ਕਿਉਂ ਨਹੀਂ ਦੇ ਰਹੀ ਤੁਹਾਡਾ ਦੇਖੋ ਮਨਸ਼ਾ ਗੱਲ ਇਹ ਹੈ ਵੀਰ ਜੀ ਜਿਹੜੇ ਬੰਦੇ ਦੋਸ਼ੀ ਸੀਗੇ ਫਿਜੀਕਲ ਅਸਾਲਟ ਵਾਲੇ ਉਹਨਾਂ ਨੂੰ ਲਗਭਗ ਜਿਨ੍ਹਾਂ ਨੇ ਫਾਇਰ ਕੀਤੇ ਜਾਂ ਜਿਨ੍ਹਾਂ ਨੇ ਥਾਰਾਂ ਦਿੱਤੀਆਂ ਉਹ ਬੰਦੇ ਫੜੇ ਜਾ ਚੁੱਕੇ ਹੈ ਮੇਰੀ ਜਿਹੜੀ ਮੈਂ ਕੀ ਚਾਹੁੰਦਾ ਮੈਂ ਚਾਹੁੰਦਾ ਵੀ ਜਿਹੜੇ ਮਾਸਟਰ ਮਾਈਂਡ ਨੇ ਸਿੱਧੂ ਕਿੰਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਸਿੱਧੂ ਨੂੰ ਇੰਡਸਟਰੀ 'ਚੋਂ ਪਾਸੇ ਕੌਣ ਕਰਨਾ ਚਾਹੁੰਦਾ ਸੀ ਉਹਨਾਂ ਲੋਕਾਂ ਵੱਲ ਵੀ ਜਾਇਆ ਜਾਵੇ ਸ਼ਾਇਦ ਮੈਂ ਹੁਣ ਪੁਲਿਸ ਨੂੰ ਨੁਕਤੇ ਦਿੱਤੇ ਨੇ ਉਹਦੇ ਪੁਲਿਸ ਕੰਮ ਕਰ ਰਹੀ ਹੈ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣਗੇ ਉਹ ਨੁਕਤੇ ਮੈਂ ਹੁਣ ਦਿੱਤੇ ਨੇ ਪੁਲਿਸ ਦੀਆਂ ਰੱਦੋ ਬਦਲ ਹੋਈਆਂ ਨੇ ਸਾਰੇ SSP ਅਫਸਰ ਸਾਹਿਬ ਨਵੇਂ ਆਏ ਨੇ ਉਹ ਉਹਨਾਂ ਗੱਲਾਂ 'ਤੇ ਮੈਨੂੰ ਵਿਚਾਰ ਦਾ ਭਰੋਸਾ ਦੇ ਕੇ ਗਿਆ ਇਸੇ ਕਰਕੇ ਜਿਹੜਾ ਮੈਂ ਪਹਿਲਾਂ ਅਲਟੀਮੇਟਮ 'ਤੇ ਸੀ ਉਸ ਤੋਂ ਬਾਅਦ ਮੈਂ ਕਹਿਤਾ ਵੀ ਕੋਈ ਗੱਲ ਨਹੀਂ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਕਰੋ ਮੈਨੂੰ ਟਾਈਮ ਨਾਲ ਕੋਈ ਜਿੱਥੇ 6 ਮਹੀਨੇ ਲੰਘ ਗਏ ਉੱਥੇ 7 ਲੰਘ ਜਾਣਗੇ ਕੋਈ ਫਰਕ ਨਹੀਂ ਪੈਂਦਾ ਪਰ ਦੁੱਧੋਂ ਜਿਹੜਾ ਦੁੱਧ ਦੁੱਧ ਦੇ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਤੁਸੀਂ ਦੁਖੀ ਹੋ ਗਏ ਇੱਕ ਵਾਰੀ ਦੇਸ਼ ਛੱਡਣ ਦਾ ਵੀ ਤੁਸੀਂ ਐਲਾਨ ਕਰਤਾ ਵੀ ਦੁਖੀ ਹੋ ਗਏ ਇੱਕ ਵਾਰੀ FIR ਵੀ ਕਹਿੰਦੇ ਤੁਸੀਂ ਕੈਂਸਲ ਕਰਵਾ ਦੇਣੀ ਮੈਂ ਵਾਪਸ ਲੈ ਲਈ FIR ਦੇਖੋ ਜੀ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੋਂ ਦਾ ਇਮਾਨਦਾਰ ਟੈਕਸ ਪੇਅਰ ਹਾਂ 2-2 ਕਰੋੜ ਰੁਪਈਆ ਸਾਲ ਦਾ ਦਿੰਦਾ ਤਾਂ ਗੌਰਮੈਂਟ 'ਤੇ ਮੇਰਾ ਰੋਸਾ ਜਾਇਜ਼ ਨਹੀਂ ਹੈ ਮੈਂ ਜਦੋਂ ਕੋਈ ਮੇਰੀ ਸੁਣਦਾ ਨਹੀਂ ਹੈ 6 ਮਹੀਨੇ ਹੋ ਗਏ ਮੈਨੂੰ ਫਿਰਦੇ ਨੂੰ ਔਰ ਹਾਲੇ ਤੱਕ ਮਾਸਟਰ ਮਾਈਂਡ ਦਾ ਇੱਕ ਵੀ ਨਾਂ ਨਹੀਂ ਹੈ ਉਹਦੇ ਵਿੱਚ ਕਿਉਂਕਿ ਜਿਹੜੇ ਬੰਦੇ ਵਿਦੇਸ਼ ਭੱਜ ਗਏ ਉਹ ਵਿਦੇਸ਼ 'ਚ ਵਿੱਚ ਬੈਠੇ ਨੇ ਕੇਵਲ ਤੇ ਕੇਵਲ ਉਹ ਬੰਦੇ ਜੋ UP 'ਚੋਂ ਆ ਗਿਆ ਕੋਈ MP 'ਚੋਂ ਆ ਗਿਆ 6 ਬੰਦਿਆਂ ਨੇ ਮੇਰੇ ਪੁੱਤ ਨੂੰ ਮਾਰਿਆ ਉਹਦੇ 'ਚੋਂ 5 ਨੂੰ ਤਾਂ ਇਹ ਨਹੀਂ ਸੀ ਪਤਾ ਵੀ ਸਿੱਧੂ ਹੈ ਕੌਣ ਆ ਕਰਦਾ ਕੀ ਹੈ ਉਹਨੂੰ ਜਾਣਦੇ ਨਹੀਂ ਸੀ ਉਹ ਕੋਈ ਸਾਡੇ ਉਹਨਾਂ ਨੂੰ ਵੀ ਲੱਗਦਾ ਉਹ ਤਾਂ ਪਹਾੜੇ ਦੇ ਡੱਟੂ ਸੀ ਵਿਚਾਰੇ ਫੜ ਲਏ ਰੱਖਣ ਉਹਨਾਂ ਨਾਲ ਮੈਨੂੰ ਕੋਈ ਬਹੁਤਾ ਫਰਕ ਨਹੀਂ ਮੈਂ ਚਾਹੁੰਦਾ ਕਿਹੜੇ ਲੋਕ ਨੇ ਜਿਹੜੇ ਸਿੱਧੂ ਦੇ ਮਾਂ ਨੂੰ ਲਾਈਨ ਤੋਂ ਪਰੇ ਕਰਕੇ ਰਾਜੀ ਸੀ ਬਸ ਇੱਕ ਮਿੰਟ ਕਿਤੋਂ ਨਕਾਹਨ ਹੈ ਜਾਇਜ਼ ਜੀ ਗੱਲ ਕਰ ਲਓ ਬੜਾ ਟਾਈਮ ਨਾਲ ਸਿਆਸੀ ਲੋਕ ਹੈਗੇ ਨੇ ਵਿੱਚ ਅਸੀਂ ਸਿੰਗਰਾਂ ਦਾ ਵੀ ਕਾਫੀ ਨਾਮ ਆਇਆ ਦੇਖ ਬਾਈ ਜੀ ਜੇ ਤਾਂ ਮੇਰੇ ਕੋਲ ਇਨਵੈਸਟੀਗੇਸ਼ਨ ਹੋ ਜਾਏ ਕਲੀਅਰ ਫਿਰ ਤਾਂ ਮੈਂ ਨਾਂ ਧਰਦਾ ਮੈਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ ਪਰ ਮੈਂ ਹਲੇ ਇਸ ਚੀਜ਼ ਇਨਵੈਸਟੀਗੇਸ਼ਨ ਸਰਕਾਰ ਤੋਂ ਮੰਗਦਾ ਹੀ ਸਰਕਾਰ ਤੋਂ ਮੇਰੀ ਮੰਗ ਹੈ ਵੀ ਮੈਨੂੰ ਦੱਸੋ ਕੌਣ ਲੋਕ ਨੇ ਉਹ ਦੇਖੋ ਜੀ ਭਾਅ ਜੀ ਸਰਕਾਰ ਦਾ ਬੇਟਾ ਕੰਮ ਹੈ ਉਹ ਕਿਸੇ ਜਿਹਤੋਂ ਮਰਜ਼ੀ ਕਰਵਾਉਣ ਮੈਂ ਤਾਂ ਪੰਜਾਬ ਪੁਲਿਸ 'ਤੇ ਹੀ ਭਰੋਸਾ ਕਰਦਾ ਬਿਲਕੁਲ ਹੈਗੀ ਦੇਖੋ ਮੀਡੀਆ ਦੇ ਮੈਂ ਧੰਨਵਾਦ ਕਰਦਾ ਇਹਨਾਂ ਨੇ ਮੇਰਾ ਉਹਦੇ ਤੋਂ ਇਸ ਮੇਰੇ ਕੇਸ ਨੂੰ ਬਹੁਤ ਹਾਈਲਾਈਟ ਕੀਤਾ ਮੈਂ ਇਸੇ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਇਸ ਗੱਲ ਲਈ ਵੀ ਜੋ ਆਪਾਂ ਧੱਕਾ ਮੁੱਕੀ ਹੋ ਜਾਂਦੇ ਹਾਂ ਆਪੇ ਤੋਂ ਬਾਹਰ ਹੋ ਜਾਂਦੇ ਇਹਦੇ ਨਾਲ ਕਈ ਵਾਰੀ ਸਾਡਾ ਅਕਸਰ ਹੀ ਦਰਬਾਰ ਸਾਹਿਬ ਆ ਕੇ ਵਿਵਾਦ ਹੋ ਜਾਂਦਾ ਸਿੱਧੂ ਹੁੰਦੇ ਵੀ ਇਹੀ ਹਾਲ ਸੀ ਹੁਣ ਵੀ ਸੀ ਮੈਂ ਨਹੀਂ ਚਾਹੁੰਦਾ ਵੀ ਆਪਾਂ ਹੀ ਟਕਰਾਈ ਜਾਈਏ ਆਪਸ ਦੇ ਵਿੱਚ ਆਪਾਂ ਜਿਹੜੀ ਅਸਲ ਆਪਣੀ ਸਮੱਸਿਆ ਆਪਾਂ ਉਹਦੇ ਉੱਤੇ ਆਈਏ ਥੈਂਕ ਯੂ